ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਬੱਲੇ ਬੱਲੇ ਕਰਨ ਵਾਲੇ ਕੈਪਟਨ ਸਰਕਾਰ ਦੇ ਮੰਤਰੀ ਹੁਣ ਸਿੱਧੂ ਲਈ ਖਿਲਾਫਤ ਸੁਰਾਂ ਵਿੱਚ ਗੱਲ ਕਰ ਰਹੇ ਨੇ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਸਿੱਧੂ ਤੋਂ ਮੰਤਰੀ ਵਜੋਂ ਅਸਤੀਫਾ ਦੇਣ ਦੀ ਵੀ ਗੱਲ ਆਖ ਦਿੱਤੀ। ਬਾਜਵਾ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਬੀਤੇ ਦਿਨੀ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੈਪਟਨ ਸਮਝਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਧੂ ਮੁਤਾਬਕ ਉਹ ਰਾਹੁਲ ਗਾਂਧੀ ਨੂੰ ਹੀ ਆਪਣਾ ਕੈਪਟਨ ਮੰਨਦੇ ਨੇ, ਨਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ। ਬਾਜਵਾ ਨੇ ਜਿੱਥੇ ਸਿੱਧੂ ਤੋਂ ਅਸਤੀਫੇ ਦੀ ਮੰਗ ਕੀਤੀ, ਉੱਥੇ ਹੀ ਉਹਨਾਂ ਸਿੱਧੂ ਨੂੰ ਘੱਟ ਬੋਲਣ ਦੀ ਨਸੀਹਤ ਵੀ ਦਿੱਤੀ। ਮੈਂ ਦੇਖਾ, ਬਾਰ ਬਾਰ ਦੇਖਾ, ਜਿਸ ਲਹਿਜੇ ਸੇ, ਜਿਸ ਬਾਡੀ ਲੈਂਗੁਏਜ ਸੇ, ਜਿਸ ਤਰ੍ਹਾਂ ਉਹ ਬਾਤ ਕਰ ਰਹੇ ਥੇ, ਮੈਂ ਕੈਪਟਨ ਅਮਰਿੰਦਰ ਸਿੰਘ ਕੋ ਕੈਪਟਨ ਨਹੀਂ ਮਾਨਤਾ, ਮੈਂ ਰਾਹੁਲ ਗਾਂਧੀ ਕੋ ਕੈਪਟਨ ਮਾਨਤਾ ਹੂੰ। ਪੰਜਾਬ ਮੈਂ ਵੋ ਕੈਪਟਨ ਵੀ ਅਮਰਿੰਦਰ ਸਿੰਘ ਕੈਪਟਨ ਹੈ, ਹਮਾਰਾ ਲੀਡਰ ਵੀ ਅਮਰਿੰਦਰ ਸਿੰਘ ਹੈ। ਅਗਰ ਉਨਕੇ ਮਨ ਮੇਂ ਸ਼ੰਕਾ ਹੈ, ਵੋ ਨਹੀਂ ਮਾਨਤੇ ਕੈਪਟਨ ਅਮਰਿੰਦਰ ਸਿੰਘ ਕੋ ਲੀਡਰ, ਤੋ ਮਾਰਲ ਡਿਊਟੀ ਬਣਤੀ ਹੈ ਕਿ ਉਹ ਕੈਬਨਿਟ ਛੋੜ ਕੇ ਜਹਾਂ ਰਾਹੁਲ ਜੀ ਕੋ ਡਿਊਟੀ ਦੇ ਜਾ ਕੇ ਕੰਮ ਕਰੇ, ਨਹੀਂ ਤੋ ਕੈਪਟਨ ਜੀ ਕੋ ਸਾਰੀ ਕਹੇ ਵੀ ਗਲਤੀ ਸੇ ਬਾਤ ਨਿਕਲ ਗਈ ਹੈ, ਕੈਪਟਨ ਸਾਹਿਬ ਕੋ ਹੀ ਲੀਡਰ ਮੰਨਣਾ ਪੜੇਗਾ ਪੰਜਾਬ ਮੇਂ, ਜੇ ਮੇਰੀ ਰਾਏ। ਇਹ ਥੋੜ੍ਹਾ ਇਮੋਸ਼ਨਲ ਜ਼ਿਆਦਾ ਹੋਤੇ। ਮੈਂ ਛੋਟੇ ਭਾਈ ਕੋ ਸੁਜੈਸ਼ਨ ਦੇਣੀ ਚਾਹਤਾ ਹੂੰ, ਸਿੱਧੂ ਸਾਹਿਬ ਆਪਕੇ ਸੁਪਨੇ ਬਹੁਤ ਬੜੇ ਹੈ, ਹੋਣੇ ਵੀ ਸਾਕਾਰ ਵੀ ਹੋਣੇ ਚਾਹੀਏ। ਮੇਰੀ ਛੋਟੀ ਸੀ ਰਾਏ ਹੈ ਕਿ ਆਪ ਬੋਲੀਏ ਕਮ, ਕਾਮ ਜ਼ਿਆਦਾ ਕੀਜੀਏ, ਲੋਕੋ ਕੋ ਸਭ ਪਤਾ ਚੱਲ ਜਾਤਾ ਹੈ,